ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਸਰੇ ਬਾਜ਼ਾਰ ਦੇ ਵਿੱਚ ਖੇਡਿਆ ਗਿਆ। ਦੱਸ ਦਈਏ ਕਿ ਕੁਝ ਬਦਮਾਸ਼ ਦੁਕਾਨਦਾਰਾਂ ਦੇ ਕੋਲੋਂ ਹਫ਼ਤਾ ਵਸੂਲੀ ਦੇ ਲਈ ਪਹੁੰਚੇ ਸੀ। ਪਹਿਲਾਂ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੁਕਾਨਦਾਰਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ। ਜਦੋਂ ਦੁਕਾਨਦਾਰਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਗੁੱਸੇ ਦੇ ਵਿੱਚ ਆਏ ਬਦਮਾਸ਼ਾਂ ਨੇ ਦੁਕਾਨਦਾਰਾਂ ਦੇ ਉੱਤੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਮੌਕੇ ਦੀਆਂ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਲੰਬੇ ਲੰਬੇ ਵਾਲਾਂ ਵਾਲਾ ਸ਼ਖਸ ਲਾਲ ਅਤੇ ਸਫੇਦ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ, ਜੋ ਕਿ ਸ਼ਰੇਆਮ ਜੋ ਆਉਣ ਜਾਣ ਵਾਲੇ ਲੋਕ ਨੇ ਉਹਨਾਂ ਦੇ ਵੀ ਥੱਪੜ ਮਾਰਦਾ ਨਜ਼ਰ ਆ ਰਿਹਾ। ਹਾਲਾਂਕਿ ਇਸ ਦੌਰਾਨ ਜਦੋਂ ਕੁਝ ਦੁਕਾਨਦਾਰ ਇਕੱਠੇ ਹੁੰਦੇ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਤਾਂ ਇਹਨਾਂ ਦੇ ਵੱਲੋਂ ਜੋ ਹੈ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਾਂਦਾ। ਪਰ ਕੁਝ ਦੁਕਾਨਦਾਰ ਮੌਕੇ ਦੇ ਉੱਤੇ ਅੜ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਜਦੋਂ ਸਖਤੀ ਨਾਲ ਵਿਰੋਧ ਕੀਤਾ ਜਾਂਦਾ ਤਾਂ ਉਹਨਾਂ ਦੇ ਹੀ ਹਥਿਆਰਾਂ ਨੂੰ ਖੋ ਕੇ ਉਹਨਾਂ ਦੀ ਹੀ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਵਸੂਲੀ ਕਰਨ ਆਏ ਬਦਮਾਸ਼ਾਂ ਦਾ ਕੁਟਾਪਾ ਹੋਇਆ। ਪਹਿਲਾਂ ਤਾਂ ਦੁਕਾਨਦਾਰਾਂ ਨੇ ਇਸ ਗੱਲ ਨੂੰ ਬਹੁਤ ਪਿਆਰ ਨਾਲ ਉਹਨਾਂ ਨੂੰ ਸਮਝਾਇਆ, ਪਰ ਜਦੋਂ ਉਹਨਾਂ ਨੇ ਉਸਦੇ ਉੱਤੇ ਹਮਲਾ ਕੀਤਾ ਤਾਂ ਦੁਕਾਨਦਾਰ ਵੀ ਸਿੱਧੇ ਹੋ ਗਏ ਅਤੇ ਜੋ ਬਦਮਾਸ਼ ਸੀ ਉਹਨਾਂ ਦੇ ਵੀ ਛਿੱਤਰ ਪਰੇਡ ਕੀਤੀ ਹੈ ਅਤੇ ਸਾਰੀ ਹੀ ਘਟਨਾ ਕੋਲ ਲੱਗੇ CCTV ਦੇ ਵਿੱਚ ਕੈਦ ਹੋਈ ਹੈ। ਪਹਿਲਾਂ ਤਾਂ ਕੁਝ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਬਦਮਾਸ਼ਾਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਜੋ ਆਉਣ ਜਾਣ ਵਾਲੇ ਲੋਕ ਸੀ ਉਹਨਾਂ ਦੇ ਵੀ ਥੱਪੜ ਮਾਰੇ ਜਾ ਰਹੇ ਨੇ। ਹਾਲਾਂਕਿ ਇਹ ਸਾਰੇ ਹੀ ਬਾਜ਼ਾਰ ਦੇ ਵਿੱਚ ਕੁਝ ਨਾ ਕੁਝ ਖਰੀਦਦਾਰੀ ਕਰਨ ਦੇ ਲਈ ਪਹੁੰਚੀ ਹੋਈ ਸੀ, ਪਰ ਬਿਨਾਂ ਗੱਲ ਤੋਂ ਬਦਮਾਸ਼ਾਂ ਨੇ ਇਹਨਾਂ ਦੇ ਵੀ ਥੱਪੜ ਮਾਰੇ ਅਤੇ ਇਸ ਤੋਂ ਬਾਅਦ ਜਦੋਂ ਦੁਕਾਨਦਾਰਾਂ ਨੇ ਵਿਰੋਧ ਕੀਤਾ ਤਾਂ ਦੁਕਾਨਦਾਰਾਂ ਦੇ ਉੱਤੇ ਵੀ ਇਹਨਾਂ ਨੇ ਹਮਲਾ ਕੀਤਾ। ਪਰ ਜਦੋਂ ਕੁਝ ਦੁਕਾਨਦਾਰਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ, ਉਹਨਾਂ ਦੇ ਹਥਿਆਰ ਖੋਲੇ ਜਾਂਦੇ ਨੇ ਜੋ ਲੈ ਕੇ ਆਏ ਹੁੰਦੇ ਨੇ ਕੁੱਟਮਾਰ ਕਰਨ ਦੇ ਲਈ, ਤਾਂ ਉਸ ਤੋਂ ਬਾਅਦ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਤਾਂ ਹੱਥਾਂ ਨਾਲ ਹੀ ਉਹਨਾਂ 'ਤੇ ਹਮਲਾ ਕੀਤਾ ਜਾਂਦਾ, ਪਰ ਬਾਅਦ ਦੇ ਵਿੱਚ ਦੁਕਾਨਦਾਰ ਵੀ ਇਕੱਠੇ ਹੋ ਕੇ ਇਹਨਾਂ ਬਦਮਾਸ਼ਾਂ ਦੇ ਉੱਤੇ ਭਾਰੀ ਪੈ ਗਏ ਨੇ, ਜਿਸ ਤੋਂ ਬਾਅਦ ਇਹ ਸਾਰੇ ਹੀ ਬਦਮਾਸ਼ ਪੁੱਠੇ ਪੈਰੀ ਭੱਜੇ ਨੇ। ਹਾਲਾਂਕਿ ਹੁਣ ਪੁਲਿਸ ਨੂੰ ਵੀ ਇਸ ਗੱਲ ਦੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਸਰੇ ਬਾਜ਼ਾਰ ਦੇ ਵਿੱਚ ਖੇਡਿਆ ਗਿਆ। ਦੱਸ ਦਈਏ ਕਿ ਕੁਝ ਬਦਮਾਸ਼ ਦੁਕਾਨਦਾਰਾਂ ਦੇ ਕੋਲੋਂ ਹਫ਼ਤਾ ਵਸੂਲੀ ਦੇ ਲਈ ਪਹੁੰਚੇ ਸੀ। ਪਹਿਲਾਂ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੁਕਾਨਦਾਰਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ। ਜਦੋਂ ਦੁਕਾਨਦਾਰਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਗੁੱਸੇ ਦੇ ਵਿੱਚ ਆਏ ਬਦਮਾਸ਼ਾਂ ਨੇ ਦੁਕਾਨਦਾਰਾਂ ਦੇ ਉੱਤੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਮੌਕੇ ਦੀਆਂ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਲੰਬੇ ਲੰਬੇ ਵਾਲਾਂ ਵਾਲਾ ਸ਼ਖਸ ਲਾਲ ਅਤੇ ਸਫੇਦ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ, ਜੋ ਕਿ ਸ਼ਰੇਆਮ ਜੋ ਆਉਣ ਜਾਣ ਵਾਲੇ ਲੋਕ ਨੇ ਉਹਨਾਂ ਦੇ ਵੀ ਥੱਪੜ ਮਾਰਦਾ ਨਜ਼ਰ ਆ ਰਿਹਾ। ਹਾਲਾਂਕਿ ਇਸ ਦੌਰਾਨ ਜਦੋਂ ਕੁਝ ਦੁਕਾਨਦਾਰ ਇਕੱਠੇ ਹੁੰਦੇ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਤਾਂ ਇਹਨਾਂ ਦੇ ਵੱਲੋਂ ਜੋ ਹੈ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਾਂਦਾ। ਪਰ ਕੁਝ ਦੁਕਾਨਦਾਰ ਮੌਕੇ ਦੇ ਉੱਤੇ ਅੜ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਜਦੋਂ ਸਖਤੀ ਨਾਲ ਵਿਰੋਧ ਕੀਤਾ ਜਾਂਦਾ ਤਾਂ ਉਹਨਾਂ ਦੇ ਹੀ ਹਥਿਆਰਾਂ ਨੂੰ ਖੋ ਕੇ ਉਹਨਾਂ ਦੀ ਹੀ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਵਸੂਲੀ ਕਰਨ ਆਏ ਬਦਮਾਸ਼ਾਂ ਦਾ ਕੁਟਾਪਾ ਹੋਇਆ। ਪਹਿਲਾਂ ਤਾਂ ਦੁਕਾਨਦਾਰਾਂ ਨੇ ਇਸ ਗੱਲ ਨੂੰ ਬਹੁਤ ਪਿਆਰ ਨਾਲ ਉਹਨਾਂ ਨੂੰ ਸਮਝਾਇਆ, ਪਰ ਜਦੋਂ ਉਹਨਾਂ ਨੇ ਉਸਦੇ ਉੱਤੇ ਹਮਲਾ ਕੀਤਾ ਤਾਂ ਦੁਕਾਨਦਾਰ ਵੀ ਸਿੱਧੇ ਹੋ ਗਏ ਅਤੇ ਜੋ ਬਦਮਾਸ਼ ਸੀ ਉਹਨਾਂ ਦੇ ਵੀ ਛਿੱਤਰ ਪਰੇਡ ਕੀਤੀ ਹੈ ਅਤੇ ਸਾਰੀ ਹੀ ਘਟਨਾ ਕੋਲ ਲੱਗੇ CCTV ਦੇ ਵਿੱਚ ਕੈਦ ਹੋਈ ਹੈ। ਪਹਿਲਾਂ ਤਾਂ ਕੁਝ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਬਦਮਾਸ਼ਾਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਜੋ ਆਉਣ ਜਾਣ ਵਾਲੇ ਲੋਕ ਸੀ ਉਹਨਾਂ ਦੇ ਵੀ ਥੱਪੜ ਮਾਰੇ ਜਾ ਰਹੇ ਨੇ। ਹਾਲਾਂਕਿ ਇਹ ਸਾਰੇ ਹੀ ਬਾਜ਼ਾਰ ਦੇ ਵਿੱਚ ਕੁਝ ਨਾ ਕੁਝ
ਖਰੀਦਦਾਰੀ ਕਰਨ ਦੇ ਲਈ ਪਹੁੰਚੀ ਹੋਈ ਸੀ, ਪਰ ਬਿਨਾਂ ਗੱਲ ਤੋਂ ਬਦਮਾਸ਼ਾਂ ਨੇ ਇਹਨਾਂ ਦੇ ਵੀ ਥੱਪੜ ਮਾਰੇ ਤੇ ਇਸ ਤੋਂ ਬਾਅਦ ਜਦੋਂ ਦੁਕਾਨਦਾਰਾਂ ਨੇ ਵਿਰੋਧ ਕੀਤਾ ਤਾਂ ਦੁਕਾਨਦਾਰਾਂ ਦੇ ਉੱਤੇ ਵੀ ਇਹਨਾਂ ਨੇ ਹਮਲਾ ਕੀਤਾ। ਪਰ ਜਦੋਂ ਕੁਝ ਦੁਕਾਨਦਾਰਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ, ਉਹਨਾਂ ਦੇ ਹਥਿਆਰ ਖੋਲੇ ਜਾਂਦੇ ਨੇ ਜੋ ਲੈ ਕੇ ਆਏ ਹੁੰਦੇ ਨੇ ਕੁੱਟਮਾਰ ਕਰਨ ਦੇ ਲਈ, ਤਾਂ ਉਸ ਤੋਂ ਬਾਅਦ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਤਾਂ ਹੱਥਾਂ ਨਾਲ ਹੀ ਉਹਨਾਂ 'ਤੇ ਹਮਲਾ ਕੀਤਾ ਜਾਂਦਾ, ਪਰ ਬਾਅਦ ਦੇ ਵਿੱਚ ਦੁਕਾਨਦਾਰ ਵੀ ਇਕੱਠੇ ਹੋ ਕੇ ਇਹਨਾਂ ਬਦਮਾਸ਼ਾਂ ਦੇ ਉੱਤੇ ਭਾਰੀ ਪੈ ਗਏ ਨੇ, ਜਿਸ ਤੋਂ ਬਾਅਦ ਇਹ ਸਾਰੇ ਹੀ ਬਦਮਾਸ਼ ਪੁੱਠੇ ਪੈਰੀ ਭੱਜੇ ਨੇ। ਹਾਲਾਂਕਿ ਹੁਣ ਪੁਲਿਸ ਨੂੰ ਵੀ ਇਸ ਗੱਲ ਦੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ।